ਸਾਰੇ ਦੋਸਤਾਂ ਨੂੰ ਅਸਲਾਮ ਅਲੈਕਮ ਅਤੇ ਆ ਵਹਿੰਦੇ ਪੈ ਜੇ ਖਾਲੇ ਉਛਲਦੇ ਪੈਣੇ ਅਤੇ ਇਹ ਸਾਡੇ ਜ਼ਿਮੀਦਾਰ ਦੀ ਆਹ ਹਾਲਤ ਹੋਈ ਪਈ ਜੇ ਖਾਲੇ ਕੱਢ ਕੇ ਰਾਜ਼ੀ ਨਹੀਂ ਹੈਗਾ ਸਾਡਾ ਜਿਹੜਾ ਜ਼ਿਮੀਦਾਰ ਹੈਗਾ ਹੈ ਨਾ ਅਤੇ ਜਿਹੜਾ ਇੱਥੋਂ ਲੰਘਦਾ ਪਿਆ ਨਾ ਉਹ ਵੀ ਮੈਂ ਦੁਆਵਾਂ ਦੇ ਕੇ ਜਾਂਦਾ ਹੋਣਾ ਇੱਥੇ ਆ ਮੋਟਰਸਾਈਕਲ ਆਇਆ ਸੀ ਦੂਰੋਂ ਪਾਕ ਪੁੱਤਣ ਦਾ ਬੰਦਾ ਉਹ ਕਹਿੰਦਾ ਯਾਰ ਮੋਟਰਸਾਈਕਲ ਮੇਰਾ ਲੰਘਾ ਦੇ ਕੱਪੜੇ ਮੈਂ ਸਾਫ਼ ਪਾਏ ਨੇ ਉਹਨੇ ਦਿਲ 'ਚ ਕੀ ਸੋਚ ਕੇ ਆਖਿਆ ਹੋਣਾ ਕਿ ਇੱਥੋਂ ਦੇ ਕਿਵੇਂ ਦੇ ਜ਼ਿਮੀਦਾਰ ਨੇ ਸਾਡੇ ਤਾਂ ਸੜਕਾਂ ਤਬਾਹੀ ਲੈਂਦੀ ਪਈ ਹੈ ਖਾੜੇ ਕੱਢ ਕੇ ਕੋਈ ਰਾਜ਼ੀ ਪਾਣੀ ਡਾ ਜ਼ਿਆਦਾ ਨਹੀਂ ਹੈਗਾ ਮਤੇ ਕੋ ਆਖੇ ਪਾਣੀ ਜ਼ਿਆਦਾ ਹੈ ਤਾਂ ਖਾਲਾ ਉਛਲਦਾ ਪਿਆ ਆ ਤਬਾਹੀ ਲੱਥੀ ਵੀ ਸਾਰੀ ਸਾਡੇ ਨਾਲ ਇਹ ਆ ਸੜਕ ਦੀ ਅਤੇ ਜਿਹੜਾ ਕੋਈ ਲੰਘਦਾ ਰੇਹੜੀ ਵਾਲਾ ਸਾਰਾ ਕੋ ਮੋਟਰਸਾਈਕਲ ਵਾਲਾ ਖਰਾਬ ਹੋ ਜਾਂਦਾ ਰੇਹੜੀ ਥੱਲੇ ਲੈ ਜਾਂਦੀ ਹੈ ਸੜਕਾਂ ਤਬਾਹੀ ਲੈਂਦੀ ਪਈ ਹੈ ਅਤੇ ਸਾਡਾ ਜ਼ਿਮੀਦਾਰ ਕਹਿੰਦਾ ਕਿ ਪਾਣੀ ਬੜਾ ਮਹਿੰਗਾ ਪਾਣੀ ਬੜਾ ਮਹਿੰਗਾ ਹੋ ਗਿਆ ਅਤੇ ਆਹ ਵੇਖੋ ਜ਼ਾਇਆ ਹੁੰਦਾ ਪਿਆ ਜੇ ਪਾਣੀ ਆਹ 2.5 ਕਿਲੋ ਪਲਾਟ ਹੈ ਆਹ ਵਾਲਾ ਆਹ ਭਰਿਆ ਪਿਆ ਜੇ ਐਡਾ ਸੁਸਤ ਸਾਡਾ ਜ਼ਿਮੀਦਾਰ ਹੋ ਗਿਆ ਐਡਾ ਸੁਸਤ ਸਾਡਾ ਜ਼ਿਮੀਦਾਰ ਹੋ ਗਿਆ ਖਾਲੇ ਆਉਂਦੇ ਘੁੰਮਾ ਸਾਨੂੰ ਕੱਢ ਕੇ ਦੇਵੇ ਲੋਕ ਕੱਢ ਕੇ ਦੇਣ ਪਾਣੀ ਤੁਸੀਂ ਲਾਵੋ ਖਾਲੇ ਤਾਂ ਲੋਕ ਕੱਢ ਕੇ ਦੇਣ ਬੜੇ ਅਫਸੋਸ ਦੀ ਗੱਲ ਹੈ ਸਾਡੇ ਯਾਰ ਜ਼ਿਮੀਦਾਰਾਂ ਦੀ